ਪੰਜਾਬੀ ਫਿਲਮਾਂ ਸੈਕਟਰ ਦੇ ਸਿੰਗਰ ਐਮੀ ਵਿਰਕ ਜੋ ਹਾਲ ਵਿੱਚ ਆਪਣੀ ਆਉਣ ਵਾਲੀ ਅਗਲੀ ਫਿਲਮ ਪੁਆੜਾ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ ਦਾ ਕਹਿਣਾ ਹੈ ਕਿ ਉਸਨੇ ਕਿਸਮਤ 2 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਐਮੀ ਵਿਰਕ ਦੁਆਰਾ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਅਦਾਕਾਰ ਨੇ ਕਿਹਾ ਕਿ ਉਹ ਕਿਸਮਤ 2 ਦੀ ਤਿਆਰੀ ਕਰ ਰਿਹਾ ਹੈ ਜਿਸ ਨੂੰ 18 ਸਪਟੰਬਰ ਨੂੰ ਰਿਲੀਜ਼ ਕੀਤਾ ਜਾਏਗਾ ਅਤੇ ਇਹ ਫੈਸਲਾ ਹੁਣ ਕੋਈ ਵੀ ਨਹੀਂ ਬਦਲ ਸਕਦਾ। ਉਹ ਆਪਣੇ ਦੋਸਤ ਅਤੇ ਫਿਲਮ ਦੇ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਅਤੇ ਉਹਨਾਂ ਦੀ ਕੋ-ਸਟਾਰ ਐਂਡ ਬਹੁਤ ਹੀ ਬੈਸਟ ਬੜੀ ਸਰਗੁਣ ਮਹਿਤਾ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ ਇਸ ਵੀਡੀਓ ਦੇ ਵਿੱਚ। ਆਓ ਤੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਵੀਡੀਓ ਦੇ ਉੱਪਰ। ਯਾ ਮੈਨ, ਫਿਰ ਨਾ ਕੋਈ ਮਿਹਨਤ ਨਹੀਂ ਕਰਦਾ। 4 ਵੀ ਨਹੀਂ ਵੱਜੇ ਅਜੇ। ਤੇਰਾ ਜਿਮ ਚ ਆਈ ਲਵ ਯੂ ਗਾਈਸ, ਥੈਂਕ ਯੂ ਸੋ ਮਚ। ਕਿਸਮਤ 2 ਦੀਆਂ ਤਿਆਰੀਆਂ ਹੁਣ ਨਹੀਂ ਬਦਲਣਾ ਫੈਸਲਾ, ਪੱਕਾ ਕਿਸਮਤ 2 ਆ ਜੋ ਮਰਜ਼ੀ ਹੋਏ। ਕਿਸਮਤ 2 ਸਪਟੈਂਬਰ 18th, ਡਾਇਰੈਕਟਰ ਐਂਡ ਰਿਟਨ ਬਾਏ ਜਗਦੀਪ ਸਿੱਧੂ, ਮੀ ਐਂਡ ਆਵਰ ਡਾਰਲਿੰਗ ਸਰਗੁਣ ਮਹਿਤਾ, ਲਵ ਯੂ ਗਾਈਸ। ਅਪਕਮਿੰਗ ਪੰਜਾਬੀ ਫਿਲਮ ਕਿਸਮਤ 2 ਸਾਲ 2018 ਵਿੱਚ ਰਿਲੀਜ਼ ਹੋਈ ਕਿਸਮਤ ਦਾ ਸੀਕੁਅਲ ਹੈ। ਇਹ ਰੋਮਾਂਟਿਕ ਡਰਾਮਾ ਸੀ ਜਿਸ ਨਾਲ ਜਗਦੀਪ ਸਿੱਧੂ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਫਿਲਮ ਦੀ ਲੀਡ ਕਾਸਟ ਵਿੱਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਸੀ ਅਤੇ ਸੀਕੁਅਲ ਵਿੱਚ ਇੱਕ ਵਾਰ ਫਿਰ ਤੋਂ ਇਹ ਦੋਨੋਂ ਸਾਨੂੰ ਦੇਖਣ ਨੂੰ ਮਿਲਣਗੇ। ਵੈਲ ਗਾਇਸ, ਤੁਸੀਂ ਇਸ ਫਿਲਮ ਨੂੰ ਦੇਖਣ ਦੇ ਲਈ ਕਿੰਨੇ ਕੁ ਜ਼ਿਆਦਾ ਐਕਸਾਈਟਿਡ ਹੋ ਤੇ ਤੁਹਾਨੂੰ ਕੀ ਲੱਗਦਾ ਇਸ ਫਿਲਮ ਦੇ ਵਿੱਚ ਕੀ ਕੁਝ ਖਾਸ ਹੋਣ ਵਾਲਾ ਹੈ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ। ਫਾਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।